ਨੂੰ ਪਹਿਲਾਂ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਚੰਡੀਗੜ੍ਹ ਤੋਂ ਆਈ ਹਾਂ, ਮੇਰਾ ਨਾਮ ਹੈ ਸਪਿੰਦਰ ਅਤੇ ਮੈਨੂੰ ਪੰਜ ਸਾਲ ਦੀ ਉਮਰ 'ਚ ਪੋਲੀਓ ਦੀ ਬਿਮਾਰੀ ਹੋ ਗਈ ਸੀ। ਉਸ ਟਾਈਮ ਮੇਰੇ ਪਾਪਾ ਜੀ ਨੇ ਮੈਨੂੰ ਬਹੁਤ ਜਗ੍ਹਾ ਦਿਖਾਇਆ ਅਤੇ ਕਈ ਜਗ੍ਹਾ ਦਿਖਾਉਣ ਤੋਂ ਬਾਅਦ ਚੰਡੀ ਮੰਦਰ ਤੋਂ ਸਕੇਤ ਹੋਸਪਿਟਲ ਤੋਂ ਮੇਰਾ ਟ੍ਰੀਟਮੈਂਟ ਚੱਲਿਆ, ਜਿਸ 'ਤੇ ਮੈਂ ਦੁਬਾਰਾ ਖੜ੍ਹੀ ਹੋ ਪਾਈ। ਹੁਣ ਤੱਕ ਤਕਰੀਬਨ ਸਭ ਕੁਝ ਠੀਕ ਹੀ ਚੱਲ ਰਿਹਾ ਸੀ, ਪਰ ਅਚਾਨਕ ਹੀ ਮੈਨੂੰ ਪ੍ਰੋਬਲਮ ਵੱਧ ਗਈ। ਇਸ ਕਰਕੇ ਫਿਰ ਮੈਂ ਇੰਟਰਨੈਟ ਤੋਂ ਐਕਸਰਸਾਈਜ਼ ਟੋਲ ਰਹੀ ਸੀ ਅਤੇ ਉੱਥੇ ਮੈਨੂੰ ਭੋਲਾ ਹੋਸਪਿਟਲ ਬਾਰੇ ਪਤਾ ਚੱਲਿਆ ਅਤੇ ਫਿਰ ਉੱਥੋਂ ਮੈਂ ਇਹਨਾਂ ਦੀਆਂ ਵੀਡੀਓਜ਼ ਦੇਖੀਆਂ, ਬਹੁਤ ਸਾਰੀਆਂ ਵੀਡੀਓਜ਼ ਦੇਖ ਕੇ ਮੈਨੂੰ ਪਤਾ ਚੱਲਿਆ ਕਿ ਸ਼ਾਇਦ ਮੇਰਾ ਵੀ ਟ੍ਰੀਟਮੈਂਟ ਹੋ ਸਕਦਾ। ਇਸ ਕਰਕੇ ਫਿਰ ਮੈਂ ਡਾਕਟਰ ਸਾਹਿਬ ਨਾਲ ਕੰਸਲਟ ਕਰਿਆ, ਇਹਨਾਂ ਨੂੰ ਫੋਨ ਕਰਿਆ, ਫੋਨ 'ਤੇ ਗੱਲ ਕੀਤੀ ਤਾਂ ਡਾਕਟਰ ਸਾਹਿਬ ਨੇ ਮੈਨੂੰ ਕਿਹਾ ਕਿ ਤੁਸੀਂ ਇੱਕ ਵਾਰੀ ਆ ਕੇ ਚੈੱਕ ਕਰਾਓ। ਅਸੀਂ ਆਏ ਇੱਥੇ, ਡਾਕਟਰ ਸਾਹਿਬ ਨਾਲ ਗੱਲ ਕੀਤੀ, ਉਹਨਾਂ ਨੇ ਸਾਨੂੰ ਸਮਝਾਇਆ ਕਿ ਓਪਰੇਸ਼ਨ ਕਰਨ ਦੇ ਕੀ ਫਾਇਦੇ ਆ ਅਤੇ ਅਗਰ ਨਹੀਂ ਕਰਾਓਗੇ ਤਾਂ ਤੁਹਾਨੂੰ ਅੱਗੇ ਚੱਲ ਕੇ ਕੀ ਨੁਕਸਾਨ ਹੋ ਸਕਦੇ ਨੇ। ਸੋ ਇਸ ਕਰਕੇ ਫਿਰ ਮੈਂ ਆਪਣਾ ਓਪਰੇਸ਼ਨ ਕਰਾਉਣ ਦਾ ਡਿਸੀਜ਼ਨ ਲਿਆ ਅਤੇ ਮੈਂ ਓਪਰੇਸ਼ਨ ਕਰਕੇ ਬਹੁਤ ਖੁਸ਼ ਹਾਂ। ਇਸ ਕਰਕੇ ਮੈਂ ਆਪਣੇ ਸਭ ਤੋਂ ਪਹਿਲਾਂ ਆਪਣੇ ਪਰਮਾਤਮਾ ਦਾ ਸ਼ੁਕਰੀਆ ਅਦਾ ਕਰਦੀ ਹਾਂ, ਵਾਹਿਗੁਰੂ ਜੀ ਦਾ, ਜਿਨ੍ਹਾਂ ਨੇ ਮੈਨੂੰ ਇੱਥੇ ਤੱਕ ਪਹੁੰਚਾਇਆ। ਉਸ ਤੋਂ ਬਾਅਦ ਮੈਂ ਡਾਕਟਰ ਸੁਰੇਸ਼ ਭੋਲਾ ਜੀ ਦਾ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਮੈਨੂੰ ਇਹ ਐਡੀ ਵੱਡੀ ਖੁਸ਼ੀ ਦਿੱਤੀ ਜੋ ਮੈਂ ਹੁਣ ਤੱਕ ਕਲਪਨਾ ਨਹੀਂ ਕਰੀ ਸੀ ਕਿ ਮੈਂ ਕਦੇ ਠੀਕ ਵੀ ਹੋ ਸਕਦੀ ਹਾਂ। ਇਸ ਕਰਕੇ ਮੈਂ ਡਾਕਟਰ ਸਾਹਿਬ ਨੂੰ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ। ਮੇਰੇ ਫਿਜੀਓਥਰੈਪਿਸਟ, ਉਹਨਾਂ ਨੇ ਵੀ ਮੇਰੀ ਬਹੁਤ ਹੈਲਪ ਕੀਤੀ, ਸਲੋਨੀ ਮੈਮ, ਸੁਗਮ ਸਰ ਨੇ ਵੀ, ਅਤੇ ਪੂਰਾ ਸਟਾਫ ਮਤਲਬ ਬਹੁਤ ਜ਼ਿਆਦਾ ਕੇਅਰਿੰਗ ਹੈ। ਮੈਂ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਇਸ ਲਈ, ਥੈਂਕ ਯੂ। ਹਾਂਜੀ, ਮੇਰਾ ਨਾਮ ਅਜੀਤ ਸਿੰਘ ਹੈ ਜੀ, ਇਹ ਮੇਰੀ ਮਿਸਿਜ ਨੇ ਸੁਪਿੰਦਰ ਕੌਰ, ਅਤੇ ਅਸੀਂ ਚੰਡੀਗੜ੍ਹ ਤੋਂ ਆਏ ਨੇ। ਸਾਨੂੰ ਯੂਟਿਊਬ ਰਾਹੀਂ ਪਤਾ ਚੱਲਿਆ ਸੀਗਾ ਕਿ ਇੱਥੇ ਪੋਲੀਓ ਦਾ ਇਲਾਜ ਹੁੰਦਾ ਹੈ, ਅਤੇ ਅਸੀਂ ਇੱਥੇ ਆਏ, ਡਾਕਟਰ ਸਾਹਿਬ ਨਾਲ ਗੱਲ ਕੀਤੀ ਅਤੇ ਸਾਨੂੰ ਪਤਾ ਲੱਗਿਆ ਕਿ ਪੇਸ਼ੈਂਟ ਨਾਲ, ਕਾਫੀ ਪੁਰਾਣੇ ਪੇਸ਼ੈਂਟਾਂ ਨਾਲ ਗੱਲ ਕੀਤੀ ਅਤੇ ਸਾਨੂੰ ਕਾਫੀ ਜਾਣਕਾਰੀ ਮਿਲੀ। ਸਾਨੂੰ ਲੱਗਿਆ ਕਿ ਹਾਂ, ਸਾਨੂੰ ਵੀ ਓਪਰੇਸ਼ਨ ਕਰਵਾਉਣਾ ਚਾਹੀਦਾ ਹੈ, ਅਤੇ ਅਸੀਂ ਉਹਨਾਂ ਨੂੰ ਵੀ ਕਹਿੰਦੇ ਹਾਂ ਜਿਹੜੇ ਸਾਡੀ ਵੀਡੀਓ ਦੇਖਣਗੇ ਯੂਟਿਊਬ 'ਤੇ ਕਿ ਤੁਸੀਂ ਵੀ ਇੱਕ ਵਾਰੀ ਆਓ, ਡਾਕਟਰ ਭੋਲਾ ਜੀ ਨਾਲ ਗੱਲ ਕਰੋ, ਤੁਸੀਂ ਆਪਣੀ ਜ਼ਿੰਦਗੀ ਨੂੰ ਬਿਹਤਰ ਕਰੋ। ਅਤੇ ਉਸ ਤੋਂ ਇਲਾਵਾ ਜੋ ਇੱਥੇ ਡਾਕਟਰ ਸਾਹਿਬ ਦੀਆਂ ਦੋ ਟੀਮਾਂ ਨੇ, ਇੱਕ ਫਿਜੀਓਥਰੈਪੀ ਦੀ ਅਤੇ ਇੱਕ ਹੋਸਪਿਟਲ ਦੀ, ਉਹ ਦੋਨੋਂ ਟੀਮਾਂ ਬਹੁਤ ਅੱਛੀਆਂ ਨੇ। ਉਹਨਾਂ ਸਾਰਿਆਂ ਨੇ ਸਾਡਾ ਬਹੁਤ ਵਧੀਆ ਟਾਈਮ, ਸਾਢੇ ਤਿੰਨ ਮਹੀਨੇ ਸਾਨੂੰ ਪਤਾ ਵੀ ਨਹੀਂ ਚੱਲਿਆ ਕਿ ਕਿੱਦਾਂ ਨਿਕਲਿਆ, ਸਾਡਾ ਸਾਥ ਦਿੱਤਾ, ਅਤੇ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਸਭ ਤੋਂ ਜ਼ਿਆਦਾ ਡਾਕਟਰ ਭੋਲਾ ਜੀ ਦਾ। ਇਹ ਬਹੁਤ ਨੇਕ ਦਿਲ ਇਨਸਾਨ ਨੇ ਅਤੇ ਰੱਬ ਨਾਲ ਜੁੜੇ ਹੋਏ ਨੇ। ਸਵੇਰੇ ਸਭ ਤੋਂ ਪਹਿਲਾਂ ਇਹ ਆਪਣੇ ਜੋ ਇਸ਼ਟ ਨੂੰ ਮੰਨਦੇ ਨੇ ਉਹਨਾਂ ਦਾ ਨਾਮ ਲੈ ਕੇ ਹੀ ਇੱਥੇ ਇਲਾਜ ਸ਼ੁਰੂ ਕਰਦੇ ਨੇ। ਅਤੇ ਵੈਸੇ ਵੀ ਇਹ ਹਰ ਪੇਸ਼ੈਂਟ ਦੀ, ਕੋਈ ਹੋਏ, ਅਮੀਰ ਹੋਏ, ਗਰੀਬ ਹੋਏ, ਇਹ ਦਿਲੋਂ ਕੋਸ਼ਿਸ਼ ਕਰਦੇ ਨੇ ਕਿ ਉਹਨਾਂ ਦਾ ਬਿਹਤਰ ਤੋਂ ਬਿਹਤਰ ਇਲਾਜ ਕੀਤਾ ਜਾਏ, ਅਤੇ ਬਹੁਤ ਚੰਗੇ ਇਨਸਾਨ ਵੀ ਨੇ। ਅਸੀਂ ਚਾਹੁੰਦੇ ਹਾਂ ਇਹਨਾਂ ਨੂੰ ਰੱਬ ਇੰਨੀ ਉਮਰ ਲੰਬੀ ਹੋਰ ਬਖਸ਼ੇ ਤਾਂ ਕਿ ਇਹ ਵੱਧ ਤੋਂ ਵੱਧ ਪੇਸ਼ੈਂਟਾਂ ਦਾ ਇਲਾਜ ਕਰ ਸਕਣ। ਸਾਰਿਆਂ ਦਾ ਧੰਨਵਾਦ, ਸਤਿ ਸ਼੍ਰੀ ਅਕਾਲ।